ਪੰਜਾਬੀ ਅਕੈਡਮੀ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਇਸ ਤੋਂ ਪਹਿਲਾਂ ਕਿ ਵੀਡੀਓ ਸ਼ੁਰੂ ਕਰੀਏ ਮੈਂ ਆਪ ਜੀ ਨੂੰ ਬੇਨਤੀ ਕਰਦੀ ਹਾਂ ਕਿ ਨਵੀਆਂ ਵੀਡੀਓਜ਼ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਅੱਜ ਅਸੀਂ 10ਵੀਂ ਕਲਾਸ ਦੀ ਪੁਸਤਕ ਵਿੱਚ ਦਰਜ ਇਕਾਂਗੀ ਦੂਜਾ ਵਿਆਹ ਬਾਰੇ ਪੜਾਂਗੇ ਜਿਸਦੇ ਇਕਾਂਗੀਕਰ ਹਨ ਪ੍ਰਿੰਸੀਪਲ ਸੰਤ ਸਿੰਘ ਸੇਖੋ ਅਸੀਂ ਸਭ ਤੋਂ ਪਹਿਲਾਂ ਸੰਤ ਸਿੰਘ ਸੇਖੋ ਦੀ ਜੀਵਨੀ ਬਾਰੇ ਪੜਾਂਗੇ ਇਹਨਾਂ ਦਾ ਜਨਮ ਚੱਕ ਨੰਬਰ 70 ਚੰਗ ਬ੍ਰਾਂਚ ਜ਼ਿਲ੍ਹਾ ਲਾਇਲਪੁਰ ਵਿੱਚ ਮਾਤਾ ਪ੍ਰੇਮਕੌਰ ਅਤੇ ਪਿਤਾ શ્રી ਹੁਕਮ ਸਿੰਘ ਦੇ ਘਰ 31 ਮਈ 1908 ਈਸਵੀ ਵਿੱਚ ਹੋਇਆ ਉਨ੍ਹਾਂ ਨੇ ਅੰਗਰੇਜ਼ੀ ਅਤੇ ਅਰਥ ਸ਼ਾਸਤਰ ਵਿੱਚ ਐਮਏ ਕੀਤੀ। ਉਹਨਾਂ ਦਾ ਦਾਦਕਾ ਪਿੰਡ ਦਾਖਾ ਜ਼ਿਲ੍ਹਾ ਲੁਧਿਆਣੇ ਵਿੱਚ ਹੈ। ਕਾਲਜ ਵਿੱਚ ਪ੍ਰੋਫੈਸਰ ਦੀ ਨੌਕਰੀ ਕਰਨ ਤੋਂ ਬਿਨਾ ਉਹ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਖਾਲਸਾ ਕਾਲਜ ਪਟਿਆਲਾ ਅਤੇ ਗੁਰੂ ਗੋਬਿੰਦ ਸਿੰਘ ਰਿਪਬਲਿਕ ਕਾਲਜ ਅੰਡੀਆਲਾ ਦੇ ਪ੍ਰਿੰਸੀਪਲ ਰਹੇ। ਉਹਨਾਂ ਦੇ ਪ੍ਰਮੁੱਖ ਕਹਾਣੀ ਸੰਗ੍ਰਹਿ ਸਮਾਚਾਰ ਕਾਮੇ ਤੇ ਯੋਧੇ ਅੱਧੀ ਵਾਰਤ ਤੀਜਾ ਪਹਿਰ ਆਦ ਹਨ ਸੇਖੋ ਦੇ ਪ੍ਰਮੁੱਖ ਨਾਟਕ ਕਲਾਕਾਰ ਨਾਰਕੀ ਪੂਦਾਨ ਮੋਇਆ ਸਾਰਨਾਕਾਈ ਮਿੱਤਰ ਪਿਆਰਾ ਆਦ ਹਨ ਉਹਨਾਂ ਦੇ ਲਗਭਗ 10 ਇਕਾਂਗੀ ਸੰਗ੍ਰਹਿ ਛੇ ਕਰ ਕੱਪਿਆ ਕਿਉਂ ਖੱਪਿਆ ਨਾਟ ਸੁਨੇਹੀ ਆਦ ਹਨ ਉਹਨਾਂ ਦਾ ਪ੍ਰਸਿੱਧ ਨਾਵਲ ਲਹੂ ਮਿੱਟੀ ਹੈ ਉਹਨਾਂ ਨੇ ਅੰਗਰੇਜ਼ੀ ਵਿੱਚ ਪੰਜਾਬੀ ਸਾਹਿ ਦਾ ਇਤਿਹਾਸ ਲਿਖਿਆ ਸੰਸਿੰਘ ਸੇਖੋ ਨੇ ਆਪਣੀਆਂ ਰਚਨਾਵਾਂ ਵਿੱਚ ਸਮਾਜਵਾਦੀ ਪੱਖ ਅਪਣਾਇਆ ਤੇ ਉਹਨਾਂ ਨੇ ਬૌਧਿਕ ਚਿੰਤਨ ਪੱਖੋਂ ਨਵੇਂ ਦਿਸ਼ਾਧਦੇ ਕਾਇਮ ਕੀਤੇ ਅਤੇ ਮਾਰਕਸਵਾਦੀ ਦ੍ਰਿਸ਼ਟੀ ਨੂੰ ਅਪਣਾਇਆ ਜਿਸ ਕਾਰਨ ਉਹਨਾਂ ਦੀਆਂ ਰਚਨਾਵਾਂ ਵਿੱਚ ਇਤਿਹਾਸਿਕ, ਰਾਜਨੀਤਿਕ ਅਤੇ ਸੱਭਿਆਚਾਰਕ ਦ੍ਰਿਸ਼ਟੀ ਅਗਰਗਾਮੀ ਹੈ ਉਹਨਾਂ ਦੇ ਨਾਟਕ ਕਿਸੇ ਗੰਭੀਰ ਖਿਆਲ ਦੇ ਤੁਰੇ ਦਵਾਲੇ ਘੁੰਮਦੇ ਹਨ ਸੇਖੋਂ ਦੇ ਨਾਟਕ ਖੇਡੇ ਘਟ ਪਰ ਪੜੇ ਬਹੁਤ ਜਾਂਦੇ ਹਨ ਨਾਟਕ ਮਿੱਤਰ ਪਿਆਰਾ ਨੂੰ ਸਾਹਿਤ ਅਕਾਦਮੀ ਵੱਲੋਂ ਪੁਰਸਕਾਰ ਪ੍ਰਾਪਤ ਹੋਇਆ ਸੰਸਿੰਘ ਸੇਖੋਂ ਨਾਟਕਕਾਰ ਕਹਾਣੀਕਾਰ ਅਤੇ ਆਲੋਚਕ ਸਨ ਉਹਨਾਂ ਦੀ ਪੁਸਤਕ ਸਾਹਿਤ ਰਥ ਪੰਜਾਬੀ ਆਲੋਚਨਾ ਵਿੱਚ ਇੱਕ ਮੀਲ ਪੱਥਰ ਹੈ 7 ਅਕਤੂਬਰ 1997 ਈਸਵੀ ਵਿੱਚ ਆਪ ਜੀ ਦਾ ਦਿਹਾਂਤ ਹੋ ਗਿਆ ਇਕਾਂਗੀ ਦੂਜਾ ਵਿਆਹ ਨਿਹਾਲ ਕੋਰ ਆਪਣੀ ਨੂੰ ਮਨਜੀਤ ਦੀ ਹਰ ਗੱਲ ਤੇ ਟਿਕਾ ਟਪਣੀ ਕਰਦੀ ਰਹਿੰਦੀ ਤੇ ਉਸਦੇ ਹਰ ਕੰਮ ਵਿੱਚ ਨੁਕਸ ਕੱਢਦੀ ਹੈ ਉਹ ਕਦੇ ਰੋਟੀ ਟੁਕਦੀ ਤਿਆਰੀ ਵਿੱਚ ਦੇਰ ਕਰਨ ਦਾ ਦੋਸ਼ ਲਾ ਕੇ ਉਸ ਵਿੱਚ ਨੁਕਸ ਛਾਂਟਦੀ ਹੈ ਅਤੇ ਕਦੀ ਕਹਿੰਦੀ ਹੈ ਕਿ ਉਹ ਘੜੀ ਦੇਖ-ਦੇਖ ਕੇ ਕੰਮ ਕਰਦੀ ਹੈ ਕਦੀ ਉਸ ਉੱਪਰ ਸ਼ਿੰਗਾਰ ਕਰਨ ਉੱਤੇ ਸਮਾਂ ਖਰਾਬ ਕਰਨ ਦਾ ਦੋਸ਼ ਲਾਉਂਦੀ ਹੈ ਤੇ ਕਦੇ ਸਬਜੀ ਮੋਟੀ ਕੱਟਣ ਦਾ ਉਸ ਨੂੰ ਇਸ ਗੱਲ ਦਾ ਦੁੱਖ ਹੈ ਕਿ ਮਨਜੀਤ ਗਵੰਡਾ ਨਾਲ ਇਸਤਰੀ ਸਭਾ ਦੀ ਮੈਂਬਰ ਕਿਉਂ ਬਣ ਗਈ ਉਹ ਉਸ ਨੂੰ ਡਰਾਵਾ ਦਿੰਦੀ ਹੈ ਕਿ ਉਹ ਆਪਣੇ ਪੁੱਤਰ ਸੁਖਦੇਵ ਦਾ ਦੂਜਾ ਵਿਆਹ ਕਰ ਦੇਵੇਗੀ ਮਨਜੀਤ ਉਸ ਨਾਲ ਬੜੇ ਸਤਿਕਾਰ ਤੇ ਪਿਆਰ ਨਾਲ ਪੇਸ਼ ਆਉਂਦੀ ਹੈ ਉਹ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਅੱਜ ਉਹਨਾਂ ਦੇ ਘਰ ਕਿਸੇ ਪਰੋਣੇ ਨੇ ਆਉਣਾ ਹੈ ਇਸ ਕਰਕੇ ਉਸਨੇ ਆਟਾ ਬਹੁਤ ਗੁੰਨਿਆ ਹੈ ਉਹ ਨਿਹਾਲਕੌਰ ਤੋਂ ਪਰੋਣੇ ਲਈ ਕੜਾ ਬਣਾਉਣ ਦੀ ਆਗਿਆ ਲੈਂਦੀ ਹੈ। ਨਿਹਾਲਕੌਰ ਉਸਦੀਆਂ ਇਹਨਾਂ ਸਾਰੀਆਂ ਗੱਲਾਂ ਉੱਤੇ ਟਿੱਕਾਂ ਟਿੱਪਣੀ ਜਾਰੀ ਰੱਖਦੀ ਹੈ। ਅਸਲ ਵਿੱਚ ਮਨਜੀਤ ਨੂੰ ਪਤਾ ਸੀ ਕਿ ਉਸਦਾ ਪਤੀ ਸੁਖਦੇਵ ਆ ਰਿਹਾ ਹੈ। ਇਹਨਾਂ ਨੂੰ ਕ ਉਹ ਕਰ ਆ ਜਾਂਦਾ ਹੈ ਤੇ ਨਿਹਾਲਕੌਰ ਹੈਰਾਨ ਹੋ ਜਾਂਦੀ ਹੈ। ਮਨਜੀਤ ਤੇ ਸੁਖਦੇਵ ਨੂੰ ਉਸਦੀ ਇੱਛਾ ਅਨੁਸਾਰ ਉਸ ਦਾ ਨਾਂ ਲੈ ਕੇ ਬੁਲਾਉਂਦੀ ਹੈ। ਨੇਹਾਲ ਕੋ ਨੂੰ ਇਹ ਬਿਲਕੁਲ ਪਸੰਦ ਨਹੀਂ ਕਿ ਉਸਦੀ ਘਰ ਵਾਲੀ ਉਸ ਨੂੰ ਨਾ ਲੈ ਕੇ ਬੁਲਾਵੇ ਜਦੋਂ ਸੁਖਦੇਵ ਨੂੰ ਪਤਾ ਲੱਗਦਾ ਹੈ ਕਿ ਉਸਦੀ ਮਾਂ ਮਨਜੀਤ ਉਸ ਦਾ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਦਿੰਦੀ ਹੈ ਤਾਂ ਉਹ ਮਨਜੀਤ ਅੱਗੇ ਸਪਸ਼ਟ ਕਰਦਾ ਹੈ ਕਿ ਉਸਦੀ ਮਾਂ ਨੂੰ ساری ਉਮਰ ਉਹਨਾਂ ਦੇ ਪਿਓ ਵੱਲੋਂ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ ਉਹ ਸਮਝਦੀ ਹੈ ਕਿ ਨੋ ਨੂੰ ਕਾਬੂ ਰੱਖਣ ਲਈ ਉਸ ਨੂੰ ਪੁੱਤਰ ਦੇ ਦੂਜੇ ਵਿਆਹ ਦਾ ਡਰ ਹੋਣਾ ਜ਼ਰੂਰੀ ਹੈ ਕੁਝ ਸਮੇਂ ਮਗਰੋਂ ਨੇਹਾਲ ਕੋਰ ਦੀ ਤੀ ਸੁਖਦੇਵ ਕੋਰ ਚੋਂ ਚਿੱਠੀ ਆਉਂਦੀ ਹੈ ਜਿਸ ਵਿੱਚ ਲਿਖਿਆ ਹੁੰਦਾ ਹੈ ਕਿ ਉਸਦਾ ਪਤੀ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਹੈ ਇਹ ਸੁਣ ਕੇ ਨੇਹਾਲ ਕੋਰ ਰੋਣ ਲੱਗ ਜਾਂਦੀ ਹੈ ਉਹ ਤੀ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦੀ ਪਰ ਉਸ ਨਾਲ ਹੀ ਉਸ ਨੂੰ ਸਿੱਖਿਆ ਮਿਲ ਜਾਂਦੀ ਹੈ ਕਿ ਉਹ ਆਪਣੀ ਨੂੰਹ ਨੂੰ ਵੀ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਹਰ ਵੇਲੇ ਦਿੰਦੀ ਰਹਿੰਦੀ ਹੈ ਇਸ ਤਰ੍ਹਾਂ ਅਖੀਰ ਵਿੱਚ ਉਹ ਨੂੰਹ ਤੋਂ ਮਾਫੀ ਮੰਗ ਲੈਂਦੀ ਹੈ ਇਸੇ ਵੇਲੇ ਹੀ ਭਰਾ ਨੂੰ ਮਿਲਣ ਲਈ ਸੁਖਦੇਵ ਕੋਲ ਆਪਣੇ ਦੋਹਾਂ ਤਿਹਾਂ ਸਮੇਤ ਉੱਥੇ ਪੁੱਜਦੀ ਹੈ ਤਾਂ ਗੱਲਾਂ-ਗੱਲਾਂ ਵਿੱਚ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਦੂਜੇ ਵਿਆਹ ਦੀ ਗੱਲ ਉਸਦੇ ਪਤੀ ਨੇ ਐਵੇਂ ਮਖੌਲ ਵਿੱਚ ਲਿਖ ਦਿੱਤੀ ਸੀ ਇਸ ਲਈ ਇਸ ਇਕਾਂਗੇ ਵਿੱਚ ਸਤਸਿੰਘ ਸੇਖੋ ਨੇ ਭਾਰਤੀ ਸੱਭਿਆਚਾਰ ਦਾ ਸਹੀ ਤੇ ਪ੍ਰਭਾਵਸ਼ਾਲੀ ਚਿੱਤਰ ਪੇਸ਼ ਕੀਤਾ ਹੈ ਇਕਾਂਗੀ ਦੂਜਾ ਵਿਆਹ ਦੇ ਮੁੱਖ ਪਾਤਰ ਮਨਜੀਤ ਕੌਰ ਦਾ ਪਾਤਰ ਚਰিত্রਨ ਮਨਜੀਤ ਕੌਰ ਜਾਨ ਪਛਾਨ ਦੂਜਾ ਵਿਆਹ ਇਕਾਂਗੀ ਦੇ ਪਾਤਰਾਂ ਵਿੱਚੋਂ ਸਾਨੂੰ ਸਭ ਤੋਂ ਵਧੇਰੇ ਮਨਜੀਤ ਦਾ ਚਰਿੱਤਰ ਪਸੰਦ ਹੈ ਉਹ ਸੁਖਦੇਵ ਦੀ ਪਤਨੀ ਤੇ ਨਿਹਾਲ ਕੌਰ ਦੀ ਨੂੰਹ ਹੈ ਉਸਦੇ ਵਿਆਹ ਨੂੰ 2.5 ਸਾਲ ਹੋ ਗਏ ਸਨ ਪਰ ਅਜੇ ਉਸਨੇ ਕੋਈ ਬੱਚਾ ਨਹੀਂ ਸੀ ਹੋਇਆ ਗੁੱਸੇ ਵਿੱਚ ਨਾ ਆਉਣ ਵਾਲੀ ਤੇ ਹਸਮੁਖ ਉਹ ਬੜੀ ਹੀ ਸਮਝਦਾਰ ਤੇ ਸੱਸ ਦੀਆਂ ਗੱਲਾਂ ਦਾ ਰਤਾ ਵੀ ਬੁਰਾ ਨਹੀਂ ਮਣਾਉਂਦੀ ਸਗੋਂ ਹਰ ਗੱਲ ਨੂੰ ਹੱਸ ਕੇ ਟਾਲਦੀ ਹੈ ਪਤੀ ਤੇ ਵੱਡਿਆਂ ਦਾ ਸਤਿਕਾਰ ਕਰਨ ਵਾਲੀ ਉਹ ਆਪਣੇ ਪਤੀ ਦਾ ਸਤਿਕਾਰ ਕਰਦੀ ਹੈ ਤੇ ਉਹ ਆਪਣੇ ਸੱਸ ਤੇ ਸੋਹਰੇ ਦਾ ਵੀ ਸਤਿਕਾਰ ਕਰਦੀ ਹੈ ਦਲੀਲ ਨਾਲ ਗੱਲ ਕਰਨ ਵਾਲੀ ਉਹ ਆਪਣੇ ਕੋੜੇ ਤੇ ਖਾਲੂ ਸੁਭਾਅ ਦੀ ਸੱਸ ਨਾਲ ਵੀ ਦਲੀਲ ਨਾਲ ਗੱਲ ਕਰਦੀ ਹੈ ਨਵੇਂ ਖਿਆਲਾਂ ਵਾਲੀ ਨਵੇਂ ਖਿਆਲਾਂ ਦੀ ਇਸਤਰੀ ਹੋਣ ਕਰਕੇ ਉਹ ਕੁੰਡ ਨਹੀਂ ਕੱਢਦੀ ਤੇ ਇਸਤਰੀ ਸਭਾ ਦੀ ਮੈਂਬਰ ਹੈ। ਪੜਾਈ ਵਿੱਚ ਦਿਲਚਸਪੀ ਲੈਣ ਵਾਲੀ। ਉਹ ਵਿਆਹ ਤੋਂ ਮੁਗਰੂਵੀ ਪੜਾਈ ਵਿੱਚ ਕੁਝ ਸਮਾਂ ਲਾਉਂਦੀ ਹੈ। ਘਰ ਦੇ ਕੰਮਾਂ ਨੂੰ ਦਿਲਚਸਪੀ ਨਾਲ ਕਰਨ ਵਾਲੀ। ਉਹ ਘਰ ਦੇ ਕੰਮਾਂ ਨੂੰ ਬੜੀ ਦਿਲਚਸਪੀ ਨਾਲ ਕਰਦੀ ਹੈ। ਉਹ ਰੋਟੀ, ਸਬਜ਼ੀ ਤੇ ਕੜਾ ਆਦਿ ਵੀ ਬੜੇ ਪਿਆਰ ਨਾਲ ਤਿਆਰ ਕਰਦੀ ਹੈ। ਨਿੰਦਿਆ ਨਾ ਪਸੰਦ ਕਰਨ ਵਾਲੀ। ਉਹ ਆਪਣੇ ਸੱਸ ਨੂੰ ਕਹਿੰਦੀ ਹੈ ਕਿ ਉਹ ਉਸ ਦੀ ਗਵਾਂਢਣ ਦੀ ਨਿੰਦਿਆ ਨਾ ਕਰੇ ਆਪਣੇ ਹੱਕਾਂ ਉੱਤੇ ਪੈਰਾ ਦੇਣ ਵਾਲੀ ਉਹ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਤੁਸੀਂ ਕਰੋ ਸਹੀ ਆਪਣੇ ਪੁੱਤਰ ਦਾ ਦੂਜਾ ਵਿਆਹ ਮੈਂ ਤੁਹਾਡੇ ਦਰ ਤੇ ਸ਼ਹੀਦ ਹੋ ਕੇ ਨਾ ਮਰ ਜਾਵਾਂ ਹਾਜ਼ਰ ਜਵਾਬ ਤੇ ਵਿਅੰਗਮਈ ਸੁਭਾਅ ਵਾਲੀ ਉਹ ਆਪਣੇ ਕੋੜੇ ਸੁਭਾਅ ਵਾਲੀ ਸੱਸ ਨੂੰ ਕਹਿੰਦੀ ਹੈ ਨਰਮਤਾ ਮਾਜੀ ਤੁਸੀਂ ਬੜੇ ਹੋ ਕੜਾ ਨਾਲੋਂ ਵੀ ਕੁਲੇਓ ਉਹ ਆਪਣੀ ਸੱਸ ਦੀ ਹਰ ਗੱਲ ਦਾ ਜਵਾਬ ਬੜੀ ਹਾਜ਼ਰ ਜਵਾਬੀ ਨਾਲ ਦਿੰਦੀ ਹੈ ਨਾਨਾ ਨਾ ਪਿਆਰ ਰੱਖਣ ਵਾਲੀ ਉਹ ਆਪਣੇ ਨਾਨਣ ਨੂੰ ਚਿੱਠੀ ਪੱਤਰ ਲਿਖਦੀ ਰਹਿੰਦੀ ਹੈ ਤੇ ਉਸਦੇ ਦੁੱਖ ਸੁੱਖ ਦਾ ਖਿਆਲ ਰੱਖਦੀ ਹੈ ਇੱਕ ਸੁਚੱਜੀ ਨੂੰ ਉਹ ਇੱਕ ਸੁਚੱਜੀ ਨੂੰ ਹੈ ਉਹ ਆਪਣੇ ਨਾਲ ਬੁਰਾ ਸਲੂਕ ਕਰਨ ਵਾਲੀ ਸੱਸ ਨਾਲ ਵੀ ਬੁਰਾ ਸਲੂਕ ਨਹੀਂ ਕਰਦੀ ਉਹ ਤੂੰ ਭਾਈ ਦੇ ਕੇ ਉਸ ਦਾ ਚਰਖਾ ਛਾਵੇਂ ਕਰ ਦਿੰਦੀ ਹੈ ਉਹ ਘਰ ਦੇ ਵਾਤਾਵਰਨ ਨੂੰ ਸੁਖਾਵਾਂ ਰੱਖਣ ਦਾ ਯਤਨ ਕਰਦੀ ਹੈ ਖਾਸ ਰਸ ਪੈਦਾ ਕਰਨ ਵਾਲੀ ਉਸ ਦੀ ਹਾਜ਼ਰ ਜਵਾਬੀ ਵਿਅੰਗ ਤੇ ਕਾਰਜ ਨਾਟਕ ਵਿੱਚ ਹਾਸਲਸ ਪੈਦਾ ਕਰਦੇ ਹਨ ਸਮਾਜ ਸੇਵਿਕਾ ਉਹ ਉਸ ਸਭਾ ਦੀ ਮੈਂਬਰ ਹੈ ਜੋ ਸਮਾਜ ਦੇ ਇਸਤਰੀ ਜਾਤੀਨਾ ਕਿਤੇ ਅਨਿਆਏ ਵਿਰੁੱਧ ਲੜਦੀ ਹੈ ਅਗੇ ਨਿਹਾਲ ਕੋਰ ਦਾ ਪਾਤਰ ਚਰিত্রਣ ਜਾਣ ਪਛਾਨ ਨਿਹਾਲ ਕੋਰ ਦੂਜਾ ਵਿਆਹ ਕਾਂਗੀ ਦੀ ਮਹੱਤਵਪੂਰਨ ਪਾਤਰ ਹੈ ਉਹ ਮਨਜੀਤ ਦੀ ਸੱਸ ਹੈ ਉਸਦੇ ਪਤੀ ਦਾ ਨਾਮ ਗੁਰਦਿੱਤ ਸਿੰਘ ਹੈ ਸੁਖਦੇਵ ਸਿੰਘ ਉਸਦਾ ਪੁੱਤਰ ਹੈ ਤੇ ਸੁਖਦੇਵ ਕੋ ਉਸਦੀ ਧੀ ਹੈ इकांगी ਵਿੱਚ ਉਸ ਦਾ ਰੋਕ ਖਲਨਾਇਕਾ ਵਰਗਾ ਹੈ ਗਲਗਲ ਤੀਨੁਕਸ ਛਾਟਣ ਵਾਲੀ ਉਹ ਆਪਣੀ ਨੂੰਹ ਦੀ ਗਲਗਲ ਵਿੱਚ ਨੁਕਸ ਛਾਂਟਦੀ ਹੈ ਤੇ ਉਸ ਦੇ 2.5 ਸਾਲਾਂ ਵਿੱਚ ਕੋਈ ਬੱਚਾ ਨਾ ਹੋਣ ਦਾ ਤਾਨਾ ਵੀ ਦਿੰਦੀ ਹੈ ਝੂਠੀਆਂ ਉਜਾਂ ਲਾਉਣ ਵਾਲੀ ਉਹ ਮਨਜੀਤ ਉੱਪਰ ਝੂਠੇ ਦੋਸ਼ ਲਾਉਂਦੀ ਹੈ ਕਿ ਉਹ ਸੁਖਦੇਵ ਨੂੰ ਉਸ ਦੇ ਵਿਰੁੱਧ ਸिखਾਉਂਦੀ ਹੈ ਉਹ ਗਵਾਂਢਨ ਵਿਰੁੱਧ ਵੀ ਝੂਠੇ ਦੋਸ਼ ਥੱਪਦੀ ਹੈ ਚੋਬਾ ਲਾਉਣ ਵਾਲੀ ਉਹ ਆਪਣੀ ਨੌ ਮਨਜੀਤ ਦੇ ਨੁਕਸ ਛਾੜਦੀ ਹੋਈ ਉਸ ਨੂੰ ਚੋਬਾ ਲਾਉਂਦੀ ਹੋਈ ਕਹਿੰਦੀ ਹੈ ਮਾ ਨੇ ਬੜੀ ਤਾਕ ਕਰਕੇ ਭੇਜੀ ਐ ਇਕ ਰਾਲੂ ਉਹ ਆਪਣੇ ਨੌ ਪੁੱਤਰ ਦੇ ਪਿਆਰ ਨਾਲ ਈਰਖਾ ਕਰਦੀ ਹੈ ਕਿਉਂਕਿ ਉਸਦੇ ਪਤੀ ਨੇ ਉਸ ਦੇ ਹੁੰਦਿਆ ਦੂਜਾ ਵਿਆਹ ਕਰਵਾ ਲਿਆ ਸੀ ਕੱਲ ਨੂੰ ਪੁੰਜੇ ਨਾ ਪੈਣ ਦੇਣ ਵਾਲੀ ਉਹ ਗੱਲ ਨੂੰ ਪੁੰਜੇ ਨਹੀਂ ਪੈਣ ਦਿੰਦੀ ਤੇ ਮਨਜੀਤ ਦੇ ਹਰ ਉੱਤਰ ਵਿੱਚ ਕੋਈ ਨਾ ਕੋਈ ਨੁਕਸ ਕੱਢ ਕੇ ਉਸ ਨਾਲ ਇਟਕੜਕਾਈ ਰੱਖਦੀ ਹੈ ਬੋਲ ਕੋ ਬੋਲ ਬੋਲਣ ਵਾਲੀ ਉਹ ਗਵਾਂਡਨ ਤੇ ਸਭਾ ਦੀਆਂ ਮੈਂਬਰਾਂ ਸੰਬੰਧੀ ਛੁੱਟੜ ਤੇ ਕੁਟੜੀਆ ਸ਼ਬਦ ਵਰਤ ਕੇ ਬੋਲ ਕੋ ਬੋਲ ਬੋਲਦੀ ਹੈ ਵਿਲੀ ਨਾ ਬੈਠਣ ਵਾਲੀ ਨਿਹਾਲ ਕੋ ਚਰਖਾ ਕੱਤਦੀ ਹੈ ਤੇ ਸਵੇਰੇ-ਸਵੇਰੇ ਤਿੰਨ ਗਲੋਟੇ ਲਾ ਕੇ ਚੌਥਾ ਸ਼ੁਰੂ ਕਰ ਦਿੰਦੀ ਹੈ ਪੁਰਾਣੇ ਖਿਆਲਾਂ ਦੀ ਇਸਤਰੀ ਉਹ ਪਤੀ ਦਾ ਨਾਂ ਲੈਣ ਅਤੇ ਕੁੰਡ ਚੁੱਕਣ ਦੇ ਵਿਰੁੱਧ ਹੈ ਮਮਤਾ ਨਾਲ ਭਰਪੂਰ ਉਸ ਨੂੰ ਆਪਣੇ ਪੁੱਤਰ ਤੇ ਧੀ ਨਾਲ ਬਹੁਤ ਪਿਆਰ ਹੈ ਉਹ ਪੁੱਤਰ ਦੇ ਘਰ ਵਿੱਚ ਬੱਚੇ ਦੇ ਜਨਮ ਦੀ ਇੱਛਾ ਰੱਖਦੀ ਹੈ ਆਪਣੀ ਚਲੌਂਦੀ ਚਾਹਵਨ ਉਹ ਚਾਹੁੰਦੀ ਹੈ ਕਿ ਉਸਦੀ ਨੌ ਤੇ ਪੁੱਤਰ ਉਸਦੇ ਹੁਕਮ ਅਨੁਸਾਰ ਹੀ ਕੰਮ ਕਰਨ ਸ਼ੱਕੀ ਸੁਭਾਅ ਵਾਲੀ ਉਸ ਨੂੰ ਸ਼ੱਕ ਸੀ ਕਿ ਜਦੋਂ ਉਹ ਪਦੀਨਾ ਤੋੜਨ ਗਈ ਸੀ ਤਾਂ ਉਸਦੇ ਨੌ ਪੁੱਤਰ ਉਸਦੀਆਂ ਚੁਗਲੀਆਂ ਕਰਦੇ ਸਨ ਮਾਨਸਿਕ ਕਲੇਸ਼ ਦੀ ਸ਼ਿਕਾਰ ਆਪਣੇ ਪਤੀ ਦੇ ਦੂਜਾ ਵਿਆਹ ਕਰਾਉਣ ਕਰਕੇ ਉਹ ਮਾਨਸਿਕ ਕਲੇਸ਼ ਦੀ ਸ਼ਿਕਾਰ ਹੋ ਜਾਂਦੀ ਹੈ ਤੇ ਇਸ ਦਾ ਬਦਲਾ ਲੈਣ ਲਈ ਉਹ ਆਪਣੀ ਨੋ ਨੂੰ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਦਿੰਦੀ ਹੈ ਮੌਕੇ ਅਨਸਾਰ ਬਦਲ ਜਾਣ ਵਾਲੀ ਉਹ ਆਪਣੀ ਧੀ ਦਾ ਦੁੱਖ ਦੇ ਕੇ ਬਦਲ ਜਾਂਦੀ ਹੈ ਤੇ ਮਨਜੀਤ ਤੋਂ ਆਪਣੀਆਂ ਵਧੀਆਂ ਦੀ ਮਾਫੀ ਮੰਗਦੀ ਹੈ ਹਾਸਰਸ ਪੈਦਾ ਕਰਨ ਵਾਲੀ ਨਾਟਕ ਵਿੱਚ ਉਸ ਦੀ ਗੱਲਬਾਤ ਤੇ ਸਥਿਤੀ ਹਾਸਰਸ ਵੀ ਪੈਦਾ ਕਰਦੀ ਹੈ ਅੱਗੇ ਸੁਖਦੇਵ ਦਾ ਪਾਤਰ ਚਰিত্রਨ ਜਾਣ ਪਛਾਨ ਸੁਖਦੇਵ ਇੱਕ ਦੂਜਾ ਇਕਾਂਗੀ ਦਾ ਇੱਕ ਮਹੱਤਵਪੂਰਨ ਪਾਤਰ ਹੈ ਉਹ ਮਨਜੀਤ ਦਾ ਪਤੀ ਹੈ ਉਹ ਗੁਰਦੇਵ ਸਿੰਘ ਤੇ نهਾਲਕੋਰ ਦਾ ਪੁੱਤਰ ਹੈ ਉਸਦਾ ਵਿਆਹ ਹੋਇਆ 22 ਸਾਲ ਹੋ ਗਏ ਪਰ ਅਜੇ ਤੱਕ ਉਸਦੇ ਕੋਈ ਬੱਚਾ ਨਹੀਂ ਹੋਇਆ ਪੜਿਆ ਲਿਖਿਆ ਤੇ ਨਵੀਨ ਖਿਆਲਾਂ ਦਾ ਮਾਲਕ ਉਹ ਪੜਿਆ ਲਿਖਿਆ ਤੇ ਨਵੀਨ ਖਿਆਲਾਂ ਦਾ ਮਾਲਕ ਹੋਣ ਕਰਕੇ ਉਹ ਆਪਣੀ ਪਤਨੀ ਨੂੰ ਆਪਣੇ ਘਰ ਵਿੱਚ ਬਰਾਬਰੀ ਦਿੰਦਾ ਹੈ ਉਹ ਆਪਣੀ ਪਤਨੀ ਨੂੰ ਆਪਣਾ ਨਾਂ ਲੈ ਕੇ ਬੁਲਾਉਣ ਦੀ ਖੁੱਲ ਦਿੰਦਾ ਹੈ ਹਸਮੁਖ ਤੇ ਮਖੌਲੀਆ ਉਹ ਆਪਣੀ ਮਾਂ ਨੂੰ ਬੜੇ ਹਸਮੁਖ ਤੇ ਮਖੌਲੀਆ ਲੈਜੇ ਨਾਲ ਸਮਝਾਉਂਦਾ ਹੈ ਉਹ ਨਿਹਾਲ ਕੋਰ ਨੂੰ ਕਹਿੰਦਾ ਹੈ ਹਾ ਬੜੀ ਖੁਸ਼ੀ ਨਾਲ ਕਰੋ ਪ੍ਰਬੰਧ ਮਾਜੀ ਮੇਰੇ ਦੂਜੇ ਵਿਆਹ ਦਾ ਮਨਜੀਤ ਮੇਰੇ ਕੋਲ ਛੋਣੀ ਰਿਹਾ ਕਰੂ ਤੇ ਦੂਜੀ ਨੂੰ ਟੋੜੀ ਸੇਵਾ ਕਰਿਆ ਕਰੂ ਦਲੀਲਬਾਜ਼ ਉਹ ਬੜੀ ਦਲੀਲ ਨਾਲ ਗੱਲ ਕਰਦਾ ਹੈ ਤੇ ਗੱਲ ਦੀ ਡੁੰਗਾਈ ਨੂੰ ਸਮਝਦਾ ਹੈ ਹਾਜ਼ਰ ਜਵਾਬ ਉਹ ਬੜਾ ਹਾਜ਼ਰ ਜਵਾਬ ਹੈ ਉਸ ਦੀ ਹਾਜ਼ਰ ਜਵਾਬੀ ਕਾਂਗੀ ਵਿੱਚ ਹਾਸਰਸ ਵੀ ਪੈਦਾ ਕਰਦੀ ਹੈ ਅੱਗੇ ਵਾਰਤਾਲਾਪ ਸੰਬੰਧੀ ਕੁਐਸਚਨ ਦੁਖੀ ਤਾਂ ਹੈ ਪਰ ਗੱਲ ਕੀ ਹੈ ਦੁਖੀ ਤਾਂ ਮੈਨੂੰ ਪਤਾ ਹੀ ਹੈ ਜਾਗੀਰਦਾਰਾਂ ਦੇ ਘਰ ਧੀ ਨੂੰ ਵਿਆਹ ਕੇ ਤੂੰ ਸੁੱਖ ਦੀ ਆਸ ਰੱਖੀ ਹੋਈ ਹੈ ਪਰੇਸ਼ਨ ਇਹ ਸ਼ਬਦ ਕਿਹੜੇ ਕਾਂਗੇ ਵਿੱਚੋਂ ਹਨ ਉੱਤਰ ਦੂਜਾ ਵਿਆਹ ਸੈਕੰਡ ਕੁਐਸਚਨ ਇਹ ਕਾਂਗੀ ਦਾ ਲੇਖਕ ਕੌਣ ਹੈ ਉੱਤਰ ਪ੍ਰਿੰਸੀਪਲ ਸੰਸਿੰਘ ਸੇਖੋਂ ਤਲ ਕੁਐਸਚਨ ਇਹ ਸ਼ਬਦ ਕਿਸਨੇ ਕਿਸਨੂਕ ਹੈ ਉੱਤਰ ਇਹ ਸ਼ਬਦ ਗੁਰਦੇਵ ਸਿੰਘ ਨੇ ਆਪਣੀ ਪਤਨੀ निहाल कौर ਨੂੰ ਕਹੇ ਅਗਲਾ ਕੁਸਚ ਗੁਰਦੇਵ ਸਿੰਘ ਨੂੰ ਕਿਸ ਗੱਲ ਦਾ ਪਤਾ ਸੀ ਉੱਤਰ ਗੁਰਦੇਵ ਸਿੰਘ ਨੂੰ ਪਤਾ ਸੀ ਕਿ ਉਸਦੀ ਤੀ ਸੁਖਦੇਵ ਕੌਰ ਸੋਹਰੇ ਘਰ ਵਿੱਚ ਸੁਖੀ ਨਹੀਂ ਅਗਲੀ ਵਰਤਾਲਾਪ ਨਹੀਂ ਜੀ ਮਾਜੀ ਦੀ ਸੇਵਾ ਕਰਨ ਨੂੰ ਮੈਂ ਰहूं ਇੱਥੇ ਮਾਜੀ ਨੂੰ ਮੇਰੀ ਸੇਵਾ ਬਹੁਤ ਪਸੰਦ ਆਈ ਲੱਗਦੀ ਹੈ ਪ੍ਰੇਸ਼ਨ ਇਹ ਸ਼ਬਦ ਕਿਸ ਕਾਂਗੀ ਵਿੱਚੋਂ ਹਨ ਉੱਤਰ ਦੂਜਾ ਵਿਆ ਸੈਕਿੰਡ ਕੁਐਸਚਨ ਇਹ ਕਾਂਗੀ ਕਿਸ ਦੀ ਰਚਨਾ ਹੈ ਉੱਤਰ ਪ੍ਰਿੰਸੀਪਲ ਸੰਸਿੰਘ ਸੇਖੋਂ ਥਰਡ ਕੁਐਸਚਨ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਉੱਤਰ ਇਹ ਸ਼ਬਦ ਮਨਜੀਤ ਨੇ ਆਪਣੇ ਪਤੀ ਸੁਖਦੇਵ ਤੇ ਸੱਸ ਨਿਹਾਲਕੌਰ ਨੂੰ ਕਹੇ ਅਗਲਾ ਕੁਐਸਚਨ ਇਹ ਸ਼ਬਦ ਕਹਿਣ ਵਾਲੇ ਦਾ ਲੈਜਾ ਕਿਹੋ ਜਿਹਾ ਸੀ ਉੱਤਰ ਵਿਅੰਗਾਤਮਕ ਅਗਲੀ ਵਾਰਤਾਲਾਪ ਮਨਜੀਤ ਨੇ ਕੀ ਗੁਨਾਹ ਕੀਤੇ ਮਾਂਜੀ ਇਹ ਤੇ ਉਸ ਵਿਚਾਰੀ ਨੇ ਕੀ ਗੁਨਾਹ ਕੀਤੇ ਜਿਹਨੂੰ ਵਿਆਹ ਕੇ ਲਿਆਈਏ ਤੇ 5 ਸਾਲ ਬਾਅਦ ਮਾਰ ਦਈਏ ਪ੍ਰਸ਼ਨ ਇਹ ਸ਼ਬਦ ਕਿਹੜੇ ਕਾਂਗੇ ਵਿੱਚੋਂ ਹਨ ਉੱਤਰ ਦੂਜਾ ਵਿਆਹ ਸੈਕਿੰਡ ਕੁਐਸਚਨ ਇਸੇ ਕਾਂਗੀ ਦੇ ਲੇਖਕ ਦਾ ਨਾਮ ਕੀ ਹੈ ਉੱਤਰ ਪ੍ਰਿੰਸੀਪਲ ਹਰ ਸਿੰਘ ਸੇਖੋਂ ਥਰਡ ਕੁਐਸਚਨ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਉੱਤਰ ਇਹ ਸ਼ਬਦ ਸੁਖਦੇਵ ਨੇ ਉਸਤਾ ਦੂਜਾ ਵਿਆਹ ਕਰਨ ਦੀਆਂ ਗੱਲਾਂ ਕਰਨ ਵਾਲੀ ਆਪਣੀ ਮਾਂ ਨਿਹਾਲਕੌਰ ਨੂੰ ਕਹੇ ਅਗਲਾ ਕੁਐਸਚਨ ਇਨ੍ਹਾਂ ਸ਼ਬਦਾਂ ਵਿੱਚ ਕੀ ਕਿਹਾ ਗਿਆ ਹੈ ਉੱਤਰ ਸੁਖਦੇਵ ਨੇ ਨਿਹਾਲਕੌਰ ਨੂੰ ਪੁੱਛਿਆ ਕਿ ਮਨਜੀਤ ਨੇ ਕੀ ਗੁਨਾਹ ਕੀਤਾ ਹੈ ਕਿ ਉਹ ਘਰ ਵਿੱਚ ਉਸਦੀ ਸੌਕਣ ਲਈ ਆਈਏ ਇਸ ਤੋਂ ਇਲਾਵਾ ਉਸਨੇ ਕੀ ਗੁਨਾਹ ਕੀਤਾ ਹੈ ਜਿਸ ਨੂੰ ਉਹ ਵਿਆਹ ਕੇ ਲਿਆਉਣਾ ਚਾਹੁੰਦੀ ਹੈ ਤੇ ਜਿਸ ਨੂੰ ਪੰਜ ਸਾਲ ਮਗਰੋਂ ਉਸ ਤੋਂ ਛੁਟਕਾਰਾ ਪਾਉਣ ਲਈ ਮਾਰ ਦਿੱਤਾ ਜਾਵੇਗਾ। ਅਗਲੀ ਵਾਰਤਾਲਾਪ ਮਿਲ ਗਈ ਵੇ ਪੁੱਤ ਸਿੱਖਿਆ ਹੁਣ ਮੇਰੇ ਮਗਰ ਇਹ ਗੱਲ ਨਾ ਪਾ ਦਿਓ। ਫਸਟ ਕੁਐਸਚਨ ਇਹ ਸ਼ਬਦ ਕਿਸ ਕਾਂਗੀ ਵਿੱਚੋਂ ਹਨ ਉੱਤਰ ਦੂਜਾ ਵਿਆਹ। ਸੈਕੰਡ ਕੁਐਸਚਨ ਇਹ ਕਾਂਗੀ ਕਿਸ ਦੀ ਰਚਨਾ ਹੈ ਉੱਤਰ ਸੰਸਿੰਘ ਸੇਕੋ। ਥਰਡ ਕੁਐਸਚਨ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਉੱਤਰ ਇਹ ਸ਼ਬਦ ਨੇਹਾਲਕੌਰ ਨੇ ਆਪਣੇ ਪੁੱਤਰ ਸਖਦੇਵ ਨੂੰ ਕਹੇ ਅਗਲਾ ਕੁਐਸਚਨ ਨੇਹਾਲਕੌਰ ਨੂੰ ਕੀ ਸਿੱਖਿਆ ਮਿਲਦੀ ਹੈ ਉੱਤਰ ਨੇਹਾਲਕੌਰ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਉਸ ਨੂੰ ਨੌ ਬਣ ਕੇ ਆਪਣੇ ਘਰ ਆਈ ਪਰਾਈ ਧੀ ਮਨਜੀਤ ਨਾਲ ਉਹ ਜਿਹਾ ਸਲੂਕ ਹੀ ਕਰਨਾ ਚਾਹੀਦਾ ਹੈ ਜਿਹੋ ਜਿਹਾ ਉਹ ਪਰਾਏ ਘਰ ਗਈ ਆਪਣੀ ਧੀ ਨਾਲ ਚਾਉਂਦੀ ਹੈ ਹੁਣ ਅੱਗੇ ਇਸ ਇਕਾਂਗੀ ਦੇ ਵਸਤੂ ਨਿਸ਼ਪਰੇਸ਼ਨ ਫਸਟ ਕੁਐਸਚਨ ਨਿਹਾਲ ਕੌਰ ਮਨਜੀਤ ਦੀ ਕੀ ਲੱਗਦੀ ਹੈ ਉੱਤਰ ਸਸ ਅਗਲਾ ਕੁਐਸਚਨ ਮਨਜੀਤ ਨਿਹਾਲ ਕੌਰ ਦੀ ਕੀ ਲੱਗਦੀ ਹੈ ਉੱਤਰ ਨੂੰ ਅਗਲਾ ਕੁਐਸਚਨ ਨਿਹਾਲ ਕੌਰ ਦੇ ਪਤੀ ਦਾ ਕੀ ਨਾਂ ਹੈ ਉੱਤਰ ਗੁਰਦਿੱਤ ਸਿੰਘ ਅਗਲਾ ਕੁਐਸਚਨ ਸੁਖਦੇਵ ਸਿੰਘ ਅਤੇ ਸੁਖਦੇਵ ਕੌਰ ਦੀ ਮਾਂ ਤੇ ਪਿਓ ਦਾ ਨਾਂ ਕੀ ਹੈ ਉੱਤਰ ਨਿਹਾਲ ਕੌਰ ਤੇ ਗੁਰਦਿੱਤ ਸਿੰਘ ਅਗਲਾ ਕੁਐਸਚਨ ਸੁਖਦੇਵ ਕੌਰ ਦੇ ਪਤੀ ਦਾ ਨਾਂ ਕੀ ਹੈ ਉੱਤਰ ਬਲਵੰਤ ਸਿੰਘ ਅਗਲਾ ਕੁਐਸਚਨ ਦੂਜਾ ਵਿਆਹ ਕਾਂਗੀ ਦੇ ਦੋ ਪਾਤਰਾਂ ਦੇ ਨਾਮ ਲਿਖੋ ਉੱਤਰ ਨਿਹਾਲਕੌਰ ਤੇ ਮਨਜੀਤ ਅਗਲਾ ਕੁਐਸਚਨ ਦੂਜਾ ਵਿਆਹ ਕਾਂਗੀ ਦਾ ਘਟਨਾਵਾ ਕਿੱਥੇ ਵਾਪਰਦੀਆਂ ਹਨ ਉੱਤਰ ਪਿੰਡ ਦੇ ਇੱਕ ਘਰ ਵਿੱਚ ਅਗਲਾ ਕੁਐਸਚਨ ਦੂਜਾ ਵਿਆਹ ਕਾਂਗੀ ਦਾ ਵਿਸ਼ਾ ਕਿਹੋ ਜਿਹਾ ਹੈ ਉੱਤਰ ਸਮਾਜ ਸੁਧਾਰਕ ਤੇ ਵਿਅੰਗਾਤਮਕ ਅਗਲਾ ਕੁਐਸਚਨ ਦੂਜਾ ਵਿਆਹ ਕਾਂਗੀ ਦੇ ਆਰੰਭ ਵਿੱਚ ਮਨਜੀਤ ਸਟੇਜ ਉੱਤੇ ਕੀ ਕਰਦੀ ਨਜ਼ਰ ਆਉਂਦੀ ਹੈ ਉੱਤਰ ਇੱਧਰ ਉੱਧਰ ਘੁੰਮਦੀ ਹੋਈ ਅਗਲਾ ਕੁਐਸਚਨ ਨਿਹਾਲਕੁਰ ਆਪਣੀ ਨੂੰ ਨੂੰ ਕੀ ਡਰਾਵਾ ਦਿੰਦੀ ਹੈ ਉੱਤਰ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਨ ਦਾ ਅਗਲਾ ਕੁਐਸਚਨ ਸੁਖਦੇਵ ਕੌਰ ਦੇ ਕਿੰਨੇ ਬੱਚੇ ਸਨ ਉੱਤਰ ਦੋ ਧੀਆਂ ਅਗਲਾ ਕੁਐਸਚਨ ਸੁਖਰਾਜ ਕੌਣ ਸੀ ਉੱਤਰ ਇਸਤਰੀ ਸਭਾ ਦੀ ਜਿਲਾ ਪ੍ਰਧਾਨ ਅਗਲਾ ਕੁਐਸਚਨ ਨਿਹਾਲਕੁਰ ਅਨੁਸਾਰ ਮਨਜੀਤ ਨੂੰ ਉਸਦੇ ਸੋਹਰੇ ਨੇ ਕਿਸ ਤਰ੍ਹਾਂ ਮਸਤਾ ਦਿੱਤਾ ਸੀ ਉੱਤਰ ਕੁੰਡ ਚੁੱਕ ਕੇ ਅਗਲਾ ਕੁਐਸਚਨ ਨੋ ਪੁੱਤਰ ਨੂੰ ਕੰਗੀ ਪਾਈ ਆਉਂਦੀ ਦੇਖ ਕੇ ਨਿਹਾਲ ਕੋਰ ਤੇ ਕੀ ਅਸਰ ਹੁੰਦਾ ਹੈ ਉੱਤਰ ਹੱਕੀ ਪੱਕੀ ਹੋ ਜਾਂਦੀ ਹੈ ਅਗਲਾ ਕੁਐਸਚਨ ਨਿਹਾਲ ਕੋਰ ਦੇ ਅਨੁਸਾਰ ਸੁਖਦੇਵ ਨੇ ਕਿਸ ਦਿਨ ਆਉਣਾ ਸੀ ਉੱਤਰ ਪਰਸੋਂ 27 ਤਾਰੀਖ ਨੂੰ ਅਗਲਾ ਕੁਐਸਚਨ ਰੂੜੀ ਆਪਣੇ ਪਤੀ ਰਤਨੀ ਨੂੰ ਕੀ ਕਹਿ ਕੇ ਬੁਲਾਉਂਦੀ ਹੈ ਉੱਤਰ ਬੋਲਾ ਅਗਲਾ ਕੁਐਸਚਨ ਸੁਖਦੇਵ ਤੇ ਮਨਜੀਤ ਦਾ ਵਿਆਹ ਹੋਇਆ ਨੂੰ ਕਿੰਨਾ ਚਿਰ ਹੋ ਗਿਆ ਸੀ ਉੱਤਰ 2.5 ਸਾਲ ਅਗਲਾ ਕੁਐਸਚਨ ਨਿਹਾਲਕੌਰ ਹਵੇਲੀ ਨੂੰ ਕੀ ਕਰਨ ਜਾਂਦੀ ਹੈ ਉੱਤਰ ਪੁਦੀਨਾ ਤੋੜਨ ਆਹ ਕੁਐਸਚਨ ਗੁਰਦਿੱਤ ਸਿੰਘ ਨੇ ਦੂਜਾ ਵਿਆਹ ਕਿਉਂ ਕਰਾਇਆ ਸੀ ਉੱਤਰ ਨਿਹਾਲਕੌਰ ਦੇ ਔਲਾਦ ਘੱਟ ਹੋਣ ਕਰਕੇ ਅਗਲਾ ਕੁਐਸਚਨ ਨਿਹਾਲਕੌਰ ਦੇ ਅਨੁਸਾਰ ਉਸ ਦਾ ਪੁੱਤਰ ਕਿਹੋ ਜਿਹਾ ਸੀ ਉੱਤਰ ਮੋਮ ਦੀ ਨੱਕ ਧੰਨਵਾਦ